ਅੰਮ੍ਰਿਤਸਰ ਦੇ ਹਾਲਗੇਟ ਦੇ ਕੋਲ ਪਿੰਕ ਪਲਾਜ਼ਾ 'ਚ ਸਥਿਤ ਪਾਣੀ ਦੀ ਟੈਂਕੀ ਦੇ ਉੱਪਰ ਦੇਸਰਾਜ ਸ਼ਰਮਾ ਨਾਮਕ ਯੁਵਕ ਜੋ ਕਿ ਲੱਕੜੀ ਦੇ ਕੰਮ ਦਾ ਠੇਕੇਦਾਰ ਹੈ ਬਿਜਲੀ ਬੋਰਡ ਦੇ ਕਰਮਚਾਰੀਆਂ ਤੋਂ ਪਰੇਸ਼ਾਨ ਹੋ ਕੇ ਪੈਟਰੋਲ ਦੀ ਬੋਤਲ ਨੂੰ ਨਾਲ ਲੈ ਕੇ ਆਤਮ ਹੱਤਿਆ ਕਰਨ ਦੇ ਲਈ ਪਾਣੀ ਦੀ ਟੈਂਕੀ ਦੇ ਉੱਤੇ ਚੜ ਗਿਆ। ਪਾਣੀ ਦੀ ਟੈਂਕੀ ਤੇ ਚੜ੍ਹਨ ਤੋਂ ਪਹਿਲਾਂ ਉਹਨੇ ਆਪਣੇ ਕਰਮਚਾਰੀ ਮਨਜੀਤ ਸਿੰਘ ਨੂੰ ਬੁਲਾ ਕੇ ਇੱਕ ਸੁਸਾਈਡ ਨੋਟ ਵੀ ਦਿੱਤਾ ਜਿਸ 'ਚ ਲਿਖਿਆ ਹੋਇਆ ਸੀ ਕਿ ਮੇਰੀ ਮੌਤ ਦੇ ਜ਼ਿੰਮੇਦਾਰ ਬਿਜਲੀ ਬੋਰਡ ਦੇ ਕੁਝ ਕਰਮਚਾਰੀ ਹਨ। ਦੇਸਰਾਜ ਨਾਂ ਦਾ ਵਿਅਕਤੀ ਆ, ਉਹ ਟੈਂਕੀ ਤੇ ਚੜ੍ਹਿਆ ਸੀ ਕਿ ਬਿਜਲੀ ਬੋਰਡ ਦੇ ਟਰਾਂਸਫਾਰਮਰ ਸੜਨ ਨਾਲ ਉਹਦੇ ਘਰ ਦਾ ਨੁਕਸਾਨ ਹੋਇਆ, ਉਹਦਾ ਮੁਆਵਜ਼ਾ ਮਹਿਕਮਾ ਉਹਨੂੰ ਨਹੀਂ ਦੇ ਰਿਹਾ। ਇਸ ਕਰਕੇ ਅੱਜ ਉਹਨੂੰ ਆਸ਼ਵਾਸਨ ਦਿੱਤਾ ਉਹਨੂੰ ਨਾਲ ਲੈ ਕੇ ਮਹਿਕਮਾ ਬਿਜਲੀ ਬੋਰਡ ਕੋਲ ਜੋ ਵੀ ਨੁਕਸਾਨ ਦੀ ਬਣਦਾ ਮੁਆਵਜ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।